ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਵਿੰਦਰ ਸਿੰਘ ਜੀ, ਮੈਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਜੀ, ਪਿੰਡ ਮੇਰਾ ਮਾਨ ਸਿੰਘ ਵਾਲਾ। ਮੈਂ ਜੀ ਅੱਜ ਤੋਂ 6 ਮਹੀਨੇ ਪਹਿਲਾਂ ਡਾਕਟਰ ਸਾਹਿਬ ਨੂੰ ਮਿਲਿਆ ਸੀ ਆਪਦੇ ਵੇਟ ਦੇ ਪ੍ਰਤੀ। ਮੇਰਾ 1 ਕੁਇੰਟਲ ਅਤੇ 60 ਕਿਲੋ ਵਜ਼ਨ ਸੀਗਾ ਜੀ, ਅਤੇ ਜਦੋਂ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਜੀ, ਅਤੇ ਮੈਂ ਮਤਲਬ ਮਿਲ ਕੇ ਕਿਹਾ, ਤਾਂ ਬਾਅਦ 'ਚ ਮੈਂ ਮਤਲਬ ਸੋਚਿਆ ਵੀ ਕਰਵਾਉਣੇ ਆਪਰੇਸ਼ਨ, ਚਲੋ ਕਰਵਾਉਂਦੇ ਕਰਵਾਉਂਦਾ ਕੁਛ ਚਿਰ ਮੈਂ ਵੀ ਵਿੱਚੋਂ, ਮੇਰੇ ਮਨ ਨੇ ਕੀਤਾ ਵੀ ਡਰ ਹੋ ਜਾਂਦਾ ਜੀ, ਬੰਦੇ ਡਰ ਗਿਆ ਮੈਂ ਨਾ ਕਰਵਾਉਣ ਦਾ। ਸੋਚਿਆ ਵੀ ਚੱਲ 6 ਮਹੀਨੇ ਮੈਂ ਟਪਾ ਤੇ, ਪਰ 6 ਮਹੀਨੇ ਡਾਕਟਰ ਸਾਹਿਬ ਮੇਰੇ ਟੱਚ ਦੇ ਵਿੱਚ ਰਹੇ। ਇਹਨਾਂ ਨੇ ਮੈਨੂੰ ਫਿਰ ਪ੍ਰੇਰਿਆ ਦੁਆਰੇ ਫਿਰ ਸੱਦਿਆ, ਸੱਦ ਕੇ ਮੈਨੂੰ ਇਹਨਾਂ ਨੇ ਬਿਠਾਇਆ, ਬਿਠਾ ਕੇ ਮੈਨੂੰ ਸਾਰਾ ਦੱਸਿਆ ਵੀ ਤੂੰ ਐਂ ਕੋਈ ਗੱਲ ਨਹੀਂ, ਭਰਾ ਨਾ ਸੀ ਤੇਰਾ ਸੈਟਿੰਗ, ਹੋਰ ਬੰਦਿਆਂ ਨੂੰ ਮਿਲਾਇਆ ਜਿਹਨਾਂ ਬੰਦਿਆਂ ਦਾ ਪਹਿਲਾਂ ਹੋਇਆ ਸੀ। ਜਦੋਂ ਮੈਂ ਉਹਨਾਂ ਨੂੰ ਦੇਖਿਆ ਸਾਰਿਆਂ ਨੂੰ, ਤਾਂ ਮੈਨੂੰ ਵੀ ਹੋਇਆ ਵੀ ਮੈਂ ਕਰਵਾਵਾਂ ਉਹਦਾ ਆਪਰੇਸ਼ਨ। ਹੁਣ ਮੈਂ ਪਿਛਲੇ ਮਹੀਨੇ 27 ਤਰੀਕ ਨੂੰ ਆਪਦਾ ਆਪਰੇਸ਼ਨ ਕਰਵਾਇਆ ਜੀ। ਮੇਰਾ 1 ਕੁਇੰਟਲ ਅਤੇ 60 ਕਿਲੋ ਵਜ਼ਨ ਸੀਗਾ ਜੀ, ਅਤੇ ਅੱਜ ਘੱਟ ਕੇ 1 ਕੁਇੰਟਲ 43 ਕਿਲੋ ਰਹਿ ਗਿਆ ਜੀ। ਮੈਨੂੰ ਬੜੀ ਖੁਸ਼ੀ ਹੋਈ ਹੈ ਡਾਕਟਰ ਸਾਹਿਬ ਨਾਲ ਮਤਲਬ ਇਸ ਆਪਦਾ ਆਪਰੇਸ਼ਨ ਕਰਵਾ ਕੇ। ਮੈਨੂੰ ਇਉਂ ਹੈ ਵੀ ਮੈਨੂੰ ਹੋਰ ਵੀ ਅੱਗੇ ਇਹ ਹੈ ਵੀ ਮੇਰਾ ਵਜ਼ਨ ਘਟੂਗਾ। ਬਾਕੀ ਜਿਹੜਾ ਡਾਕਟਰ ਸਾਹਿਬ ਦਾ, ਡਾਕਟਰ ਸਾਹਿਬ ਇਉਂ ਹੈ ਜੀ ਵੀ ਡਾਕਟਰ ਸਾਹਿਬ ਤਾਂ ਦੇਵਤਾ ਬੰਦੇ ਹੈ, ਇਹਨਾਂ ਨੂੰ ਮਿਲ ਕੇ ਜਿਹੜਾ ਬੰਦਾ ਇਹਨਾਂ ਨੂੰ ਮਿਲਦਾ, ਬਸ ਫਿਰ ਉਹ ਹੋਰ ਬੰਦੇ ਕੋਲ ਜਾ ਨਹੀਂ ਸਕਦਾ ਜੀ। ਇਹਨਾਂ ਦੀ ਕੇਅਰ ਹੀ ਇੰਨੀ ਹੈ, ਇਹਨਾਂ ਦੇ ਸਟਾਫ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਇੱਥੇ ਕਿਸੇ ਨੂੰ ਰਹਿਣ ਦੀ ਲੋੜ ਨਹੀਂ। ਮੈਂ ਇਕੱਲਾ ਹੀ ਆਇਆ ਸੀ, ਮੈਨੂੰ ਇਹਨਾਂ ਦੇ ਸਟਾਫ ਨੇ ਸਾਂਭਿਆ, ਕੋਈ 1 ਨਵੇਂ ਪੈਸੇ ਦੀ ਦਿੱਕਤ ਨਹੀਂ ਜਿਹੜੀ ਆਪਦੇ ਘਰਾਂ ਨੂੰ ਰਹੇ ਹਾਂ ਜੀ। ਮੈਂ ਅੱਜ 14-15 ਦਿਨ ਬਾਅਦ ਆਇਆ, ਅਤੇ ਮੈਨੂੰ ਕੋਈ ਉਹ ਆਪਦਾ ਚੈੱਕਅਪ ਕਰਾ ਕੇ ਚੱਲਿਆ, ਮੇਰਾ ਸਾਰਾ ਕੁਛ ਸੈੱਟ ਹੈ ਜੀ। ਪਹਿਲਾਂ ਮੈਨੂੰ ਚਾਹ ਮਤਲਬ ਤੁਰਦੇ ਨੂੰ ਸਾਹ ਚੜ੍ਹਦਾ ਸੀ, ਤਕਲੀਫ ਬੜੀ ਸੀ ਸਾਹ ਦੀ, ਬੀ ਪੀ ਹਾਈ ਰਹਿੰਦਾ ਸੀ, ਹੋਰ ਵੀ ਬੜੀਆਂ ਸਮੱਸਿਆਵਾਂ ਸੀ ਜਿਹੜੀਆਂ ਆਪਦੀ ਘਰੇਲੂ ਜ਼ਿੰਦਗੀ 'ਚ ਹੁੰਦੀਆਂ। ਪਰ ਹੁਣ ਮੈਨੂੰ ਬਹੁਤ ਜ਼ਿਆਦਾ ਫਰਕ ਹੈ, ਬੀ ਪੀ ਦੀ ਜਿਹੜੀ ਮੇਰੀ ਗੋਲੀ ਹੈ ਉਹ ਵੀ ਤਕਰੀਬਨ ਮੈਂ ਨੋਰਮਲ ਹੋ ਗਿਆ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ, ਸਾਹ ਨਹੀਂ ਚੜ੍ਹਦਾ, ਬਹੁਤ ਚੰਗਾ ਲੱਗ ਰਿਹਾ। ਜਿਹੜਾ ਮੇਰਾ ਇੰਨਾ ਵਜ਼ਨ ਘੱਟ ਗਿਆ, ਤਾਂ ਕਿ ਆਉਣ ਵਾਲੇ ਟਾਈਮ 'ਚ ਮੇਰਾ ਹੋਰ ਵੀ ਘਟੂਗਾ ਜੀ। ਮੈਂ ਡਾਕਟਰ ਸਾਹਿਬ ਦਾ, ਅਮਿਤ ਸੂਦ ਜੀ ਦਾ ਅਤੇ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜੀ, ਜਿਹਨਾਂ ਨੇ ਮੇਰਾ ਇੰਨਾ ਫਾਇਦਾ ਕੀਤਾ। ਅਤੇ ਹੋਰ ਵੀ ਮੈਂ ਭੈਣਾਂ ਭਰਾਵਾਂ ਨੂੰ ਆਉਣਾ ਵੀ ਭਾਈ ਤੁਸੀਂ ਆਓ, ਆ ਕੇ ਆਪਦਾ ਆਪਰੇਸ਼ਨ ਕਰਵਾਓ, ਕੋਈ ਡਰਨ ਵਾਲੀ ਗੱਲ ਨਹੀਂ। ਪਤਾ ਹੀ ਨਹੀਂ ਲੱਗਦਾ, ਸੂਈ ਜਿੰਨੀ ਵੀ ਤਕਲੀਫ ਨਹੀਂ ਹੁੰਦੀ, ਟੀਕੇ ਦੀ ਵੱਧ ਹੈ ਇਹਦੀ, ਉਹਦੀ ਵੀ ਨਹੀਂ। ਮੈਂ ਵੀ ਬਹੁਤ ਡਰਦਾ ਸੀ, ਪਰ ਕੋਈ ਤਕਲੀਫ ਨਹੀਂ ਗੀ, 1 ਨਵੇਂ ਪੈਸੇ ਦੀ ਤਕਲੀਫ ਨਹੀਂ, 1 ਨਵੇਂ ਪੈਸੇ ਦੀ ਦਿੱਕਤ ਨਹੀਂ। ਤੁਸੀਂ ਇੱਕ ਵਾਰੀ ਮਿਲੋ, ਮਿਲ ਕੇ ਜ਼ਰੂਰ ਡਾਕਟਰ ਸਾਹਿਬ ਨਾਲ ਇੱਕ ਵਾਰੀ ਡਿਸਕਸ ਕਰੋ, ਤੁਹਾਡਾ ਫਾਇਦਾ ਹੋਊਗਾ, ਆਪਦੀ ਜ਼ਿੰਦਗੀ ਨੂੰ ਬਚਾਓ। ਬਸ ਇਹੀ ਮੈਂ ਸਾਰਿਆਂ ਨੂੰ ਕਹਿੰਦਾ ਜੀ, ਅਤੇ ਆਪਦੀ ਜ਼ਿੰਦਗੀ ਨੂੰ ਹੋਰ ਸੁਖਾਲੀ ਕਰੋ, ਕੋਈ ਫਾਇਦਾ ਨਹੀਂ, ਮੋਟਾਪੇ ਦਾ ਰੋਗ ਬਣਦੇ, ਇਹ ਤੋਂ ਬਚੋ ਜਿੰਨਾ ਬੱਚਾ ਜਾ ਸਕਦਾ। ਸਤਿ ਸ਼੍ਰੀ ਅਕਾਲ।